ਮੱਲਾਂ ਵਾਲੇ ਮੇਨ ਚੌਂਕ ਦੇ ਵਿੱਚ ਜਿਹੜਾ ਕੱਲ੍ਹ ਤੋਂ ਅਸੀਂ ਧਰਨਾ ਲਾ ਕੇ ਬੈਠੇ ਹਾਂ, ਮੱਲਾਂ ਵਾਲੇ ਸ਼ਹਿਰ ਦੇ ਕਸਬੇ ਦੇ ਵਿੱਚ ਜਿਹੜਾ ਏਜੰਟਾਂ ਵੱਲੋਂ ਮੂਰਖ ਧੰਦਾ ਚਲਾਇਆ ਗਿਆ ਹੈ ਕਿ ਸਾਡੇ ਭੋਲੇ ਭਾਲੇ ਕਿਸਾਨਾਂ ਨੂੰ ਜਿਹੜਾ ਉਹ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਮਜਬੂਰੀ ਵੱਸ ਸਾਡੇ ਕਿਸਾਨਾਂ ਦੇ ਜਿਹੜੇ ਬੱਚੇ ਨੇ ਉਹ ਵਿਦੇਸ਼ਾਂ ਨੂੰ ਭੱਜ ਰਹੇ ਨੇ। ਜੀਰਾ 'ਚ ਇੱਕ ਟਰੈਵਲ ਏਜੰਟ ਵੱਲੋਂ ਇੱਕ ਕਿਸਾਨ ਪਰਿਵਾਰ ਨਾਲ ਵਿਦੇਸ਼ ਭੇਜਣ ਦੇ ਨਾਮ 'ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਬੀਤੇ ਦਿਨ ਕਿਸਾਨਾਂ ਵੱਲੋਂ ਜੀਰਾ ਦੇ ਮਾਲਾਵਾਲਾ ਵਿੱਚ ਧਰਨਾ ਲਗਾਇਆ ਗਿਆ ਸੀ ਅਤੇ ਟਰੈਵਲ ਏਜੰਟ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਧਰਨਾ ਅੱਜ ਦੂਜੇ ਦਿਨ ਵੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਟਰੈਵਲ ਏਜੰਟਾਂ ਵੱਲੋਂ ਆਮ ਲੋਕਾਂ ਨੂੰ, ਗਰੀਬਾਂ ਨੂੰ ਅਤੇ ਕਿਸਾਨਾਂ ਨੂੰ ਸ਼ਿਕਾਰ ਬਣਾਇਆ ਜਾਂਦਾ ਅਤੇ ਵਿਦੇਸ਼ ਭੇਜਣ ਦੇ ਨਾਮ 'ਤੇ ਉਹਨਾਂ ਨਾਲ ਧੋਖਾ ਕੀਤਾ ਜਾਂਦਾ ਅਤੇ ਉਹਨਾਂ ਦੇ ਲੱਖਾਂ ਰੁਪਏ ਠੱਗ ਲਏ ਜਾਂਦੇ ਆ। ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਟਰੈਵਲ ਏਜੰਟਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਮੱਲਾਂ ਵਾਲੇ ਮੇਨ ਚੌਂਕ ਦੇ ਵਿੱਚ ਜਿਹੜਾ ਕੱਲ੍ਹ ਤੋਂ ਅਸੀਂ ਧਰਨਾ ਲਾ ਕੇ ਬੈਠੇ ਹਾਂ, ਮੱਲਾਂ ਵਾਲੇ ਸ਼ਹਿਰ ਦੇ ਕਸਬੇ ਦੇ ਵਿੱਚ ਜਿਹੜਾ ਏਜੰਟਾਂ ਵੱਲੋਂ ਮੂਰਖ ਧੰਦਾ ਚਲਾਇਆ ਗਿਆ ਕਿ ਸਾਡੇ ਭੋਲੇ ਭਾਲੇ ਕਿਸਾਨਾਂ ਨੂੰ ਜਿਹੜਾ ਉਹ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਹ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਮਜਬੂਰੀ ਵੱਸ ਸਾਡੇ ਕਿਸਾਨਾਂ ਦੇ ਜਿਹੜੇ ਬੱਚੇ ਨੇ ਉਹ ਵਿਦੇਸ਼ਾਂ ਨੂੰ ਭੱਜ ਰਹੇ ਨੇ, ਪਰ ਇਹਨਾਂ ਠੱਗਾਂ ਨੇ ਹੋਰ ਵੀ ਸਾਡੀ ਲੁੱਟ ਜਿਹੜੀ ਆ ਉਹਨੂੰ 4 ਗੁਣਾ ਵਧਾ ਦਿੱਤਾ ਹੈ। ਸਾਡੇ ਬੱਚਿਆਂ ਨੂੰ ਸਮਝਾਇਆ ਨਹੀਂ ਜਾ ਰਿਹਾ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ, ਕਿਸ ਕੰਪਨੀ ਦੇ ਥਰੂ, ਕਿੰਨੇ ਪੈਸਿਆਂ ਦੇ ਵਿੱਚ, ਹਾਲਾਂਕਿ ਜੇ 10 ਲੱਖ ਦਾ ਕੰਮ ਹੈ ਤਾਂ 50-50 ਲੱਖ ਰੁਪਇਆ ਲੈ ਕੇ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਪਿਛਲੇ ਸਮੇਂ 'ਚ ਠੱਗਿਆ ਗਿਆ। ਅਸੀਂ ਇਸ ਕਰਕੇ ਧਰਨਾ ਲਾ ਕੇ ਬੈਠੇ ਹਾਂ ਕਿ ਇਹਨਾਂ ਏਜੰਟਾਂ ਦਾ ਜਿਹੜਾ ਗੋਰਖ ਧੰਦਾ ਉਹਨੂੰ ਰੋਕਿਆ ਜਾਵੇ ਅਤੇ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਇਨਸਾਫ਼ ਮਿਲ ਸਕੇ। ਜਿਨ੍ਹਾਂ ਕਿਸਾਨਾਂ ਤੋਂ ਪਿਛਲੇ ਸਮੇਂ ਦੇ ਵਿੱਚ ਠੱਗੀ ਦੇ ਤੌਰ 'ਤੇ ਵੱਡੀ ਰਕਮ ਲੁੱਟੀ ਆ, ਉਹਨਾਂ ਦੀ ਰਕਮ ਜਿਹੜੀ, ਉਹਨਾਂ ਦੀ ਪੇਮੈਂਟ ਜਿਹੜੀ, ਉਹ ਵਾਪਸ ਕੀਤੀ ਜਾਵੇ। ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਨਾਲ ਇਸ ਤਰ੍ਹਾਂ ਦੀਆਂ ਠੱਗੀਆਂ ਨਾ ਮਾਰੀਆਂ ਜਾਣ। ਮੈਂ ਬਲਜਿੰਦਰ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜ਼ਿਲ੍ਹਾ ਪ੍ਰੈਸ ਸਕੱਤਰ। ਸਾਡਾ ਜਿਹੜਾ ਧਰਨਾ ਏਜੰਟਾਂ ਵਿਰੁੱਧ ਆ ਉਹ ਅੱਜ ਦੂਸਰੇ ਦਿਨ ਵਿੱਚ ਲਗਾਤਾਰ ਨਿਰੰਤਰ ਜਾਰੀ ਆ, ਜਿਹਦੀ ਅਗਲੀ ਰਣਨੀਤੀ ਜ਼ਿਲ੍ਹੇ ਦੀ ਮੀਟਿੰਗ ਕਰਕੇ ਕਿਸਾਨ ਆਗੂਆਂ ਵੱਲੋਂ ਉਹ ਤੈਅ 3 ਵਜੇ ਤੋਂ ਬਾਅਦ ਕੀਤੀ ਹੈ ਕਿ ਜੋ ਵੀ ਸਾਡਾ ਐਲਾਨ ਹੋ ਗਿਆ ਕੱਲ੍ਹ ਨੂੰ ਉਹ ਐਕਸ਼ਨ ਅਸੀਂ ਕਰਾਂਗੇ ਇਹਨਾਂ ਏਜੰਟਾਂ ਵਿਰੁੱਧ। ਇੱਦਾਂ ਹੀ ਇੱਕ ਏਜੰਟ ਮਨਪ੍ਰੀਤ ਸਿੰਘ ਅਤੇ ਗੁਰਸੇਵ ਸਿੰਘ ਆ ਜਿਨ੍ਹਾਂ ਨੇ ਆਲੇ ਆਲੇ ਦੇ ਕਿਸਾਨਾਂ ਨਾਲ 40 ਲੱਖ ਰੁਪਏ ਦੀ ਠੱਗੀ ਮਾਰੀ ਆ, ਜਦਕਿ ਉਹਨਾਂ ਨੇ ਉਹਨਾਂ ਦੇ ਬੱਚੇ ਨੂੰ ਕੈਨੇਡਾ ਦਾ ਵਰਕ ਪਰਮਿਟ ਦਾ ਜਿਹੜਾ ਉਹ ਲੈ ਕੇ ਦਿੱਤਾ ਸੀ, ਪਰ ਜਦੋਂ ਬੱਚਾ ਉੱਥੇ ਪਹੁੰਚਿਆ ਕੋਈ ਉੱਥੇ ਵਰਕ ਪਰਮਿਟ ਨਹੀਂ, ਕੋਈ ਉੱਥੇ ਕੰਪਨੀ ਨਹੀਂ, ਫੇਕ ਕੰਪਨੀ ਦੇ ਰੰਗਿਆ ਲੈ ਕੇ ਉਹਨਾਂ ਨੇ ਉਹ ਬੱਚੇ ਦੇ ਭਵਿੱਖ ਨਾਲ ਖੇਡਣ ਦੀ ਜਿਹੜੀ ਕੋਸ਼ਿਸ਼ ਕੀਤੀ ਆ, ਉਹਨਾਂ ਏਜੰਟਾਂ ਵਿਰੁੱਧ ਵੀ ਜਥੇਬੰਦੀ ਐਕਸ਼ਨ ਕਰੂਗੀ ਅਤੇ ਜੇ ਕੋਈ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਜਿਹੜੇ ਹੋਰ ਵੀ ਇੱਥੇ ਜਨਤਾ ਜਿਹੜਾ ਗੋਰਖ ਧੰਦਾ ਇੱਥੇ ਚਲਾ ਰਹੇ, ਮੱਲਾਂ ਵਾਲਾ ਸ਼ਹਿਰ ਇੱਕ ਸ਼ਹਿਰ ਨਾ ਹੋ ਕੇ ਇਹ ਇਹਨਾਂ ਏਜੰਟਾਂ ਦਾ ਜਿਹੜਾ ਉਹ ਅੱਡਾ ਬਣ ਚੁੱਕਾ ਹੈ। ਅਸੀਂ ਪ੍ਰਸ਼ਾਸਨ ਤੋਂ, ਜ਼ਿਲ੍ਹੇ ਪ੍ਰਸ਼ਾਸਨ ਤੋਂ, ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਏਜੰਟਾਂ ਵਿਰੁੱਧ ਕੋਈ ਸਖ਼ਤ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਮਜਬੂਰ ਨਾ ਜਥੇਬੰਦੀ ਨੂੰ ਕੋਈ ਤਿੱਖੇ ਸੰਘਰਸ਼ ਲਾਉਣੇ ਪੈਣਗੇ, ਜਿਸ ਦੀ ਜ਼ਿੰਮੇਵਾਰੀ ਇਹਨਾਂ ਏਜੰਟਾਂ ਅਤੇ ਇਹ ਪ੍ਰਸ਼ਾਸਨ ਦੀ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਰਾ ਤੋਂ ਪੱਤਰਕਾਰ ਹਰਪਾਲ ਸਿੰਘ ਖਾਲਸਾ ਅਤੇ ਇੰਦਰਜੀਤ ਸਿੰਘ ਸੰਧੂ ਦੀ ਰਿਪੋਰਟ।